10 ਵਜੇ ਜੀ, ਨਾਮ ਮੇਰਾ ਰੇਸ਼ਮ ਜੀ, ਅਹਿਮਦਾਬਾਦ ਤੋਂ ਗੱਡੀ ਭਰ ਕੇ ਆਉਂਦਾ ਜੀ। ਅੱਗੇ ਕਾਰ ਆ ਗਈ, ਕਾਰ ਤੋਂ ਬਚਾਉਂਦੇ ਬਚਾਉਂਦੇ ਬ੍ਰੇਕ ਮਾਰੀ ਆ, ਬ੍ਰੇਕ ਗੱਡੀ ਨੇ ਕਨੈਕਟਰ ਸਾਈਡ, ਗੱਡੀ ਪਲਟ ਗਈ ਡਰਾਈਵਰ ਸਾਈਡ, ਅਤੇ ਮੈਂ ਤਾਂ ਲੰਮੇ ਪਿਆ ਡਰਾਈਵਰ ਗੱਡੀ ਚਲਾਉਣ ਦਿਆ ਸੀ। ਜਦੋਂ ਕਾਰ ਅੱਗੇ ਆਈ ਅਚਾਨਕ ਇਹਨੇ ਬ੍ਰੇਕ ਮਾਰੀ ਆ, ਕਾਰ ਨੂੰ ਬਚਾਉਂਦਿਆਂ ਬਚਾਉਂਦਿਆਂ ਗੱਡੀ ਪਲਟ ਗਈ। ਟਮਾਟਰ ਭਰੇ ਜੀ, ਜੰਮੂ ਜਾਣਾ ਜੀ, ਇਹ 4 ਵਜੇ ਦੀ ਮੰਡੀ ਜੀ, ਅਤੇ 10 ਵਜੇ ਦੀ ਘਟਨਾ ਹੋਈ ਆ ਜੀ। ਮੈਂ ਅਹਿਮਦਾਬਾਦ ਤੋਂ ਤੁਰਿਆ ਜੀ, ਜਰਗਾਹ ਤੋਂ, ਨੁਕਸਾਨ 4-5 ਲੱਖ ਰੁਪਈਏ ਦਾ ਹੋ ਗਿਆ ਜੀ। ਨਹੀਂ ਨੁਕਸਾਨੀ ਜਾਨ ਬਚਾਅ ਹੋ ਗਿਆ ਜੀ, ਸੱਟਾਂ ਮਾੜੀਆਂ ਮੋੜ ਲੱਗੀਆਂ ਜੀ। ਉਹ ਗੱਡੀ ਨਿਕਲ ਗਈ ਉਦੋਂ ਜੀ, ਜਦੋਂ ਗੱਡੀ ਤੋਂ ਉਦੋਂ ਹੀ ਨਿਕਲ ਗਿਆ ਉਹ, ਗੱਡੀ ਡੱਕੀ ਨਹੀਂ ਉਹਨੇ, ਅਤੇ ਇਹਨੇ ਉਹਨੂੰ ਬਚਾਉਂਦਾ ਬਚਾਉਂਦਾ ਕਾਰ ਵਾਲੇ ਨੂੰ ਆਪਣੀ ਗੱਡੀ, ਫਿਰ ਜਾਨੀ ਨੁਕਸਾਨ ਆਪਣੀ ਗੱਡੀ ਦਾ ਹੋ ਗਿਆ ਜੀ। ਉਹ ਗੱਡੀ ਵਾਲਾ ਚੱਲ ਗਿਆ ਜੀ। ਹਾਂਜੀ ਹਾਂਜੀ, ਮਾਲਕਾਂ ਨੂੰ ਫੋਨ ਕੀਤਾ ਜੀ, ਮਾਲਕ ਹਰੀ ਕਹਿੰਦੇ ਜੀ। ਕਾਰਵਾਈ ਅਜੇ ਪੁਲਿਸ ਵਾਲਾ ਕੋਈ ਨਹੀਂ, ਵਪਾਰੀ ਆਉਂਦਾ ਮਾਲ ਲੈ ਕੇ ਜੀ, ਮੋਹਨ ਦੇ ਪਲਟੀ ਕਰਾਂਗੇ, ਪੁਲਿਸ ਵਾਲੀ ਕਾਰਵਾਈ ਕੋਈ ਨਹੀਂ ਹੋਈ ਜੀ। ਪਤਾ ਬਿਆਨ ਬਿਊਨ ਉਹਨਾਂ ਲਿਖੇ ਆ ਜੀ, ਗੱਡੀ ਦਾ ਨੰਬਰ ਨੰਬਰ ਉਹਨਾਂ ਲਿਖਾ ਦਿੱਤਾ ਇਹਨਾਂ ਨੇ। ਇਹ ਸਵਾ ਕੁ 10 ਵਜੇ ਦੀ ਗੱਲ ਹੈ ਜੀ। ਕਿਸ ਤਰ੍ਹਾਂ ਵਾਪਰਿਆ, ਕੀ ਗੱਲ? ਇਹ ਅੰਮ੍ਰਿਤਸਰ ਤੋਂ ਆ ਰਹੀ ਗੱਡੀ, ਇਹਦੇ ਗਾੜੀ ਛੋਟੀ ਕਾਰ ਆ ਗਈ ਅਤੇ ਯਕਦਮ ਇਹਨੂੰ ਬ੍ਰੇਕ ਲਾਉਣੀ ਪਈ, ਬ੍ਰੇਕ ਲਾਉਣ ਕਰਕੇ ਇਹਨੇ ਜਿਹੜੀ ਆ ਡਿਵਾਈਡਰ 'ਤੇ ਗੱਡੀ ਚਾੜਤੀ, ਜੇ ਨਾ ਚਾੜਦਾ ਤਾਂ ਉਹ ਕਾਰ ਦੇ ਗੱਡੀ ਉੱਤੇ ਚੜ ਸਕਦੀ ਸੀ। ਉਹਨਾਂ ਨੂੰ ਬਚਾਉਣ ਲਈ ਇਹਨੇ ਡਿਵਾਈਡਰ 'ਤੇ ਚੜ੍ਹੀ ਗੱਡੀ। ਕਾਰ ਦਾ ਪਤਾ ਲੱਗਿਆ ਤੁਸੀਂ? ਕਾਰ ਦਾ 6 ਨੰਬਰ ਸੀਗਾ, PV06, ਬਾਕੀ ਕਰਨੇ ਕੈਮਰੇ ਚੈੱਕ ਕਰਕੇ ਵੇਖ ਲੈਂਦੇ। ਕਿੰਨੇ ਬੰਦੇ ਸਵਾਰ ਸੀ ਕਾਰ 'ਚ? ਕਾਰ 'ਚ ਡਰਾਈਵਰ ਹੀ ਕਹਿੰਦਾ ਵੀ 2 ਜਣੇ। ਪਤਾ ਲੱਗਿਆ ਕਾਰ ਕਿੱਧਰ ਨੂੰ ਗਈ ਹੈ ਜੀ? ਕਾਰ ਇੱਧਰ ਨੂੰ ਗੁਰਦਾਸਪੁਰ ਨੂੰ ਗਈ। ਫਿਲਹਾਲ ਜਿਹੜੀ ਆਵਾਜਾਈ ਪ੍ਰਭਾਵਿਤ ਹੋ ਰਹੀ ਉਹਦਾ ਕੀ ਜਾ ਰਿਹਾ? ਨਹੀਂ, ਆਵਾਜਾਈ ਤੇ ਚੁੱਕੇ ਸਾਈਡ ਤੇ ਕਰਤੇ ਆ, ਹੁਣ ਤੇ ਚੱਲਣ ਡਿਆ ਪਈ ਆ, ਕੋਈ ਗੱਲ ਹੀ ਨਹੀਂ ਆ ਰਹੀ। ਕ੍ਰੇਨ ਵਗੈਰਾ ਮੰਗਾਈ ਨਹੀਂ ਚੁਕਾਉਣ ਵਾਸਤੇ? ਡੇ ਨੇ ਕਰਨਾ, ਆ ਜਾਂਦੀ ਆ ਫਿਰ ਕਰ ਲੈਨੇ। ਇਹ 10:15 ਦੀ ਗੱਲ ਹੈ ਜੀ। ਕਿਸ ਤਰ੍ਹਾਂ ਵਾਪਰਿਆ, ਕੀ ਗੱਲ? ਇਹ ਅੰਮ੍ਰਿਤਸਰ ਤੋਂ ਆ ਰਹੀ ਗੱਡੀ, ਇਹਦੇ ਗਾੜੀ ਛੋਟੀ ਕਾਰ ਆ ਗਈ ਤੇ ਯਕਦਮ ਇਹਨੂੰ ਬ੍ਰੇਕ ਲਾਉਣੀ ਪਈ, ਬ੍ਰੇਕ ਲਾਉਣ ਕਰਕੇ ਇਹਨੇ ਜਿਹੜੀ ਆ ਡਿਵਾਈਡਰ 'ਤੇ ਗੱਡੀ ਚਾੜਤੀ, ਜੇ ਨਾ ਚਾੜਦਾ ਤਾਂ ਉਹ ਕਾਰ ਦੇ ਗੱਡੀ ਉੱਤੇ ਚੜ੍ਹ ਸਕਦੀ ਸੀ। ਉਹਨਾਂ ਨੂੰ ਬਚਾਉਣ ਲਈ ਇਹਨੇ ਡਿਵਾਈਡਰ 'ਤੇ ਚੜ੍ਹੀ ਗੱਡੀ। ਕਾਰ ਦਾ ਪਤਾ ਲੱਗਿਆ ਤੁਸੀਂ? ਕਾਰ ਦਾ 6 ਨੰਬਰ ਸੀਗਾ, PV06, ਬਾਕੀ ਕਰਨੇ ਕੈਮਰੇ ਚੈੱਕ ਕਰਕੇ ਵੇਖ ਲੈਂਦੇ। ਕਿੰਨੇ ਬੰਦੇ ਸਵਾਰ ਸੀ ਕਾਰ 'ਚ? ਕਾਰ 'ਚ ਡਰਾਈਵਰ ਹੀ ਕਹਿੰਦਾ ਵੀ 2 ਜਣੇ। ਪਤਾ ਲੱਗਿਆ ਕਾਰ ਕਿੱਧਰ ਨੂੰ ਗਈ ਹੈ ਜੀ? ਕਾਰ ਇੱਧਰ ਨੂੰ ਗੁਰਦਾਸਪੁਰ ਨੂੰ ਗਈ। ਫਿਲਹਾਲ ਜਿਹੜੀ ਆਵਾਜਾਈ ਪ੍ਰਭਾਵਿਤ ਹੋ ਰਹੀ ਉਹਦਾ ਕੀ ਕੀਤਾ ਜਾ ਰਿਹਾ? ਨਹੀਂ, ਆਵਾਜਾਈ ਤੇ ਚੁੱਕੇ ਸਾਈਡ ਤੇ ਕਰਤੇ ਆ, ਹੁਣ ਤੇ ਚੱਲਣ ਡਿਆ ਪਈ ਆ, ਕੋਈ ਗੱਲ ਹੀ ਨਹੀਂ ਆ ਰਹੀ। ਕ੍ਰੇਨ ਵਗੈਰਾ ਮੰਗਾਈ ਨਹੀਂ ਚੁਕਾਉਣ ਵਾਸਤੇ? ਡੇ ਨੇ ਕਰਨਾ, ਆ ਜਾਂਦੀ ਆ ਫਿਰ ਕਰ ਲੈਨੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।